ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਮਾਈ ਯੂਟਿਊਬ ਚੈਨਲ ਹਰਸ਼ਦੀਪ ਸਿੰਘ। ਸੋ ਅੱਜ ਅਸੀਂ ਰੈਸਿਪੀ ਤਿਆਰ ਕਰ ਰਹੇ ਹਾਂ ਕੋਕ ਦੇ ਕੇਕ ਦੀ। ਸੋ ਸਾਡੇ ਭਾਬੀ ਜੀ ਤੁਹਾਨੂੰ ਕੋਕ ਦਾ ਕੇਕ ਬਣਾ ਕੇ ਦਿਖਾਉਣਗੇ ਕਿਵੇਂ ਸਾਰਾ ਤਿਆਰ ਹੁੰਦਾ, ਸਾਰੀ ਰੈਸਿਪੀ ਜਿਵੇਂ ਜਿਵੇਂ ਬਣਦੀ ਹੈ ਅਸੀਂ ਤੁਹਾਨੂੰ ਦਿਖਾਵਾਂਗੇ। ਵੀਡੀਓ ਨੂੰ ਦੇਖਦੇ ਹਾਂ, ਲਾਈਕ ਕਰਦੇ ਰਹਿਣਾ, ਸ਼ੇਅਰ ਕਰਦੇ ਰਹਿਣਾ, ਚੰਗਾ ਲੱਗੇ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਭੇਜਣਾ। ਕੇਕ ਦੀ ਰੈਸਿਪੀ ਇਹ ਕੀ ਹੈ ਭਾਬੀ ਜੀ? ਇਹ ਪਹਿਲੇ ਮੈਦਾ, ਮੈਦਾ ਇੱਕ ਕੋਲੀ ਮੈਦਾ, ਹਾਂਜੀ 2 ਚਮਚ ਆਟਾ। ਓਕੇ, ਹੁਣ ਅਸੀਂ ਦੱਸ ਬਣਾ ਜਾ ਰਹੇ ਹਾਂ ਕੋਲਡ ਡਰਿੰਕ ਕੇਕ। ਕੋਲਡ ਡਰਿੰਕ ਕੇਕ, ਹਾਂ ਇੱਕ ਕੋਕ, ਕੋਕ 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 ਦਾ ਕੇਕ ਹੈ ਨਾ? ਹਾਂਜੀ। ਸੋ ਮਿਲਕ, ਹਾਂ ਉਹ ਮਿਲਕ, ਮਿਲਕ ਵੀ ਹੈ ਨਾ? ਠੀਕ ਹੈ। ਚੀਨੀ ਕਿੰਨੀ ਪਾਉਣੀ? ਪੌਣੀ ਕੌਲੀ ਚੀਨੀ। ਇਹ ਕੀ ਹੈ? ਇਹ ਨਮਕ ਸੈਲਡ ਅੱਧਾ ਚਮਚ, ਅੱਧਾ ਚਮਚ ਸੈਲਡ। ਓਕੇ, ਆ ਵਿੱਚ ਕੀ ਆ ਗਿਆ ਭਾਬੀ ਜੀ? ਹਾਂਜੀ। ਇਹ ਕੀ ਹੈ ਜੀ? ਇੱਕ ਚਮਚ ਕੋਕਾ ਪਾਊਡਰ, ਵੱਡੀ ਕੜਛੀ, ਵੱਡਾ ਚਮਚ। ਓਕੇ, ਇਹ ਦਿਖਾ ਦਿਓ ਕਿਹੜਾ ਆ, ਫੋਟੋ ਦਿਖਾ ਦਿਓ। ਓਕੇ, ਔਰ ਇਹ ਕੀ ਹੈ? ਇਹ ਬੇਕਿੰਗ ਸੋਡਾ। ਬੇਕਿੰਗ ਸੋਡਾ ਕਿੰਨੇ ਚਮਚ? ਇੱਕ ਚਮਚ ਬੇਕਿੰਗ ਸੋਡਾ, ਛੋਟਾ ਚਮਚ ਲੈਣਾ। ਓਕੇ, ਬੇਕਿੰਗ ਪਾਊਡਰ ਹਨ ਇੱਕ ਚਮਚ। ਅੱਧਾ ਚਮਚ ਮਿੱਠਾ ਸੋਡਾ, ਅੱਧਾ ਚਮਚ ਮਿੱਠਾ ਸੋਡਾ। ਓਕੇ, ਹੁਣ ਅੱਧਾ ਚਮਚ ਕੌਫੀ ਲੈਣੀ। ਓਕੇ, ਹਾਫ ਸਪੂਨ ਕੌਫੀ। ਅੱਧਾ ਕੋਲੀ ਰਿਫਾਈਂਡ, ਅੱਧੀ ਕੋਲੀ ਰਿਫਾਇੰਡ ਦੀ। ਸੋ ਜਿਨ੍ਹਾਂ ਜਿਨ੍ਹਾਂ ਨੂੰ ਇਹ ਰੈਸਿਪੀ ਪਸੰਦ ਆ ਰਹੀ ਆ, ਨਾਲੇ ਤਾਂ ਆਪ ਕੋਸ਼ਿਸ਼ ਕਰਨਾ ਤਿਆਰ ਕਰਨ ਦੀ, ਔਰ ਨਾਲੇ ਆਪਣੇ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਸ਼ੇਅਰ ਕਰੋ। ਇਹ ਵਨੀਲਾ ਸੈਂਸ ਇੱਕ ਚਮਚ, ਵਨੀਲਾ ਸੈਂਸ। ਇਹਦੀ ਫੋਟੋ ਦਿਖਾ ਦਿਓ ਸ਼ੀਸ਼ੇ ਦੀ। ਦੋ ਚਮਚ ਸਿਰਕਾ, ਹੁਣ ਅਸੀਂ ਕੋਲਡ ਡਰਿੰਕ ਪਾਵਾਂਗੇ। ਫੁੱਲ ਬੋਤਲ ਪਾਉਣੀ ਹੈ ਛੋਟੀ? ਹਾਂ ਫੁੱਲ ਹੈ। ਓਕੇ, ਇਸ ਹਿਸਾਬ ਨਾਲ ਤਿਆਰ ਹੋ ਰਿਹਾ, ਬਹੁਤ ਸਵਾਦਿਸ਼ਟ ਬਣੇਗਾ, ਹੈ ਨਾ? ਸਮਾਂ ਥੋੜੀ ਥੋੜੀ ਕਰਦੇ ਹਾਂ, ਮਿਕਸ ਕਰਨਾ ਹੈ ਨਾ? ਹਾਂ। ਓਕੇ, ਫਿਰ ਸਾਡੇ ਭਾਬੀ ਜੀ ਸਤਿ ਸ਼੍ਰੀ ਅਕਾਲ ਬੁਲਾ ਦਿਓ ਤੁਸੀਂ ਵੀ। ਸਤਿ ਸ਼੍ਰੀ ਅਕਾਲ ਜੀ। ਇਹ ਤਿਆਰ ਹੋ ਰਿਹਾ ਕੋਲਡ ਡਰਿੰਕ ਕੇਕ। ਓਕੇ, ਇਹ ਤਾਂ ਇੱਦਾਂ ਹੀ ਖਾਣ ਵਾਲਾ ਬਣ ਗਿਆ ਹੈ ਨਾ? ਜਿਸ ਹਿਸਾਬ ਨਾਲ ਚਿਹਰਾ ਆ, ਜਿਵੇਂ ਚੋਕਲੇਟ ਮੈਲਟ ਹੋ ਗਈ ਹੋਵੇ ਸਾਰੀ। ਇਹ ਮਿਲਕ ਆਪਾਂ ਬਾਅਦ 'ਚ ਪਾਉਣਾ? ਓਕੇ, ਆਹ ਲਗਾ ਦਿੰਦੇ ਉਹਨੂੰ। ਦੋਸਤੋ, ਜਿਨ੍ਹਾਂ
ਜਿਨ੍ਹਾਂ ਨੂੰ ਇਹ ਰੈਸਿਪੀ ਪਸੰਦ ਆ ਰਹੀ ਹੈ ਉਹ ਨਾਲ ਦੇ ਨਾਲ ਸ਼ੇਅਰ ਕਰਦੇ ਜਾਓ। ਅੱਗੇ ਅਸੀਂ ਤੁਹਾਨੂੰ ਜੋ ਵੀ ਹੋਏਗਾ ਪ੍ਰੋਸੀਜਰ ਉਹ ਸਾਰਾ ਦਿਖਾਉਂਦੇ ਜਾਓ। ਅਤੇ ਥੋੜ੍ਹਾ ਜਿਹਾ ਦੁੱਧ ਥੋੜ੍ਹਾ ਥੋੜ੍ਹਾ ਕਰਕੇ ਪਾਉਣਾ, ਮਿਸ਼ਰਣ ਗਾੜਾ ਹੋਣ ਕਰਕੇ ਹੈ ਨਾ, ਤਾਂ ਮਿਲਕ ਪਾਉਣਾ, ਅਦਰਵਾਈਜ਼ ਲੋੜ ਨਹੀਂ। ਹਾਂ, ਜੇ ਤੁਸੀਂ ਮਿਲਕ ਨਹੀਂ ਪਾਉਣਾ ਚਾਹੁੰਦੇ ਤਾਂ ਪਾਣੀ ਵੀ ਪਾ ਸਕਦੇ, ਪਾਣੀ ਵੀ ਯੂਜ਼ ਕਰ ਸਕਦੇ ਤੁਸੀਂ। ਓਕੇ, ਇਹ ਕੇਕ ਬਹੁਤ ਸੌਫਟ ਬਣਦਾ ਹੈ, ਬਹੁਤ ਟੇਸਟੀ ਬਣਦਾ ਹੈ, ਬਿਲਕੁਲ ਬਜ਼ਾਰੀ ਵਰਗਾ। ਪਾਣੀ ਵੀ ਇਸੇ ਤਰ੍ਹਾਂ ਥੋੜਾ ਥੋੜਾ ਕਰਕੇ ਮਿਕਸ ਕਰਨਾ ਹੈ, ਥੋੜਾ ਥੋੜਾ, ਇੱਕਦਮ ਨਹੀਂ ਪਾ ਸਕਦੇ ਹਣਾ, ਨਹੀਂ ਇੱਕਦਮ ਨਹੀਂ, ਤੇ ਜ਼ਿਆਦਾ ਪਤਲਾ ਹੋ ਜਾਏਗਾ। ਓਕੇ, ਬਸ ਇਦਾਂ ਦਾ ਰੱਖਣਾ ਮਿਸ਼ਰਣ। ਉਸ ਤੋਂ ਤਿਆਰ ਹੋ ਰਿਹਾ ਸਾਡਾ ਕੇਕ, ਕੋਕ ਦਾ ਕੇਕ, ਹੋਲਡਿੰਗ ਜਿਹੜੀ ਕੋਕ ਹੁੰਦੀ ਉਹਦਾ ਕੇਕ। ਸੋ ਜਿਵੇਂ ਜਿਵੇਂ ਤਿਆਰ ਹੁੰਦਾ ਜਾਏਗਾ ਉਵੇਂ ਉਵੇਂ ਅਸੀਂ ਤੁਹਾਨੂੰ ਦਿਖਾਉਂਦੇ ਜੀ। ਹਾਂਜੀ, ਓਕੇ, ਇਹ ਕਿਉਂ ਫਿਰ ਚਿਪਕਦਾ ਨਹੀਂ ਹੈਗਾ, ਵਧੀਆ ਰਹਿੰਦਾ। ਓਕੇ ਠੀਕ ਹੈ, ਅਸੀਂ ਘਰੇਲੂ ਤਰੀਕੇ ਦੇ ਨਾਲ ਤਿਆਰ ਕਰ ਰਹੇ ਹਾਂ ਔਰ ਇਹ ਅਸੀਂ ਫਸਟ ਟਾਈਮ ਇੱਦਾਂ ਵੀਡੀਓ ਬਣਾ ਰਹੇ ਹਾਂ, ਨਵੇਂ ਨਵੇਂ ਸ਼ੁਰੂ ਹੋਏ ਹਾਂ, ਅਤੇ ਜਿੱਥੇ ਸਾਡੀ ਕੋਈ ਗਲਤੀ ਹੋਵੇ ਕਮੈਂਟ ਕਰਕੇ ਦੱਸੋ। ਅਤੇ ਚੰਗਾ ਲੱਗੇ ਘਰੇਲੂ ਤਰੀਕੇ ਨਾਲ, ਸਿੰਪਲ ਤਰੀਕੇ ਨਾਲ, ਸੌਖਾ, ਜਿਹੜਾ ਹਰ ਕੋਈ ਆਪਣੇ ਘਰ ਵਿੱਚ ਬਣਾ ਸਕਦਾ, ਉਹਦੇ ਵਾਸਤੇ ਵੀਡੀਓ ਬਹੁਤ ਬੈਸਟ ਹੈ। ਕਿਉਂਕਿ ਕਈ ਲੋਕ ਜਿਹੜੇ ਹੁੰਦੇ ਨੇ ਬਹੁਤ ਕੁਛ ਪਾਉਂਦੇ ਨੇ ਉਹਦੇ ਘਰ, ਢੱਕਣਾ ਨਹੀਂ, ਬਿਨਾਂ ਢੱਕੇ ਰੱਖਣਾ। ਓਕੇ, ਅਤੇ ਮੈਂ ਗੱਲ ਕਰ ਰਿਹਾ ਸੀ ਕਈ ਲੋਕ ਬਹੁਤ ਕੁਛ ਪਾ ਕੇ ਬਣਾਉਂਦੇ ਨੇ ਇਹਨਾਂ ਚੀਜ਼ਾਂ ਨੂੰ, ਅਤੇ ਹਰ ਕੋਈ ਉੱਦਾਂ ਨਹੀਂ ਕਰ ਸਕਦਾ। ਸੋ ਸਿੰਪਲ ਢੰਗ ਨਾਲ ਜਿੰਨਾ ਬਣ ਸਕੇ ਉਹ ਜ਼ਿਆਦਾ ਵਧੀਆ ਹੁੰਦਾ, ਕਿਉਂਕਿ ਇਹ ਹਰ ਕਿਸੇ ਦੇ ਉਹ ਰੈਸਿਪੀ ਬਣਾਉਣ ਵਾਲੀ ਕੰਮ ਆ ਜਾਂਦੀ। ਤੁਸੀਂ ਦੱਸੋ, ਅੱਛਾ ਕੈਮਰਾ ਇੱਥੇ ਲੈ ਕੇ ਆਵਾਂ? ਓਕੇ, ਉਹ ਘੁੰਮ ਰਿਹਾ ਅੰਦਰ ਸਾਡੇ ਅੱਗੇ। ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਨਹੀਂ, ਦੇਖ ਲਓ, ਤੁਹਾਨੂੰ ਸ਼ੌਂਕ ਹੈ ਬਹੁਤ। ਨਹੀਂ। ਲਓ ਜੀ ਗਾਇਸ, ਸਾਡਾ ਕੇਕ ਹੋ ਗਿਆ ਤਿਆਰ। ਉਲਟਾ ਕਰਕੇ, ਓ ਵਾਓ, ਕਿਆ ਬਾਤ ਹੈ। ਹੁਣ ਇਹਨੂੰ ਕਰਾਂਗੇ ਸਿੱਧਾ, ਫਿਰ ਉਲਟਾ ਕਰਕੇ, ਐਦਾਂ। ਸੋ ਨਾਈਸ, ਆ ਦੇਖੋ ਬਹੁਤ ਸੌਫਟ ਹੈ। ਕਿਆ ਬਾਤ ਹੈ ਬਾਬੂ ਜੀ, ਬੋਲ ਬਿਲਕੁਲ। ਚੋਕਲੇਟ ਫਲੇਵਰ ਨਾਲ ਸਜਾਵਾਂਗੇ, ਡੈਕੋਰੇਟ ਕਰਾਂਗੇ। ਓਕੇ, ਚੋਕਲੇਟ ਸਿਰਪ। ਇਹਨੂੰ ਉੱਧਰ ਫੁੱਲ ਲਾਈਟ ਚ ਲੈ ਆਂਦੇ ਤਿਆਰ ਕਰਨ, ਜ਼ਿਆਦਾ ਵਧੀਆ ਨਹੀਂ ਉੱਥੇ? ਚਲੋ ਕੋਈ ਗੱਲ ਨਹੀਂ, ਇੱਧਰ ਥੋੜ੍ਹਾ ਜਿਹਾ। ਹਾਂਜੀ, ਸੋ ਇਹ ਨੇ ਜਿਨ੍ਹਾਂ ਨੇ ਤਿਆਰ ਕੀਤਾ ਸਾਡਾ ਕੋਕ ਦੀ ਬੋਤਲ ਦਾ ਕੇਕ, ਚੋਕਲੇਟ ਵੀ ਮਿਕਸ ਹੋ ਗਈ। ਕਿਆ ਬਾਤ ਹੈ, ਉੱਧਰ ਲਿਆਓ ਭਾਬੀ ਜੀ, ਜ਼ਿਆਦਾ ਵਧੀਆ ਲੱਗੇਗਾ ਜ਼ਿਆਦਾ ਚੰਨ 'ਚ। ਸਮਰ ਤੁਹਾਨੂੰ ਸਮਾਨ ਪਕੜਾਈ ਜਾਏਗਾ ਸਾਰੇ, ਸਮਰ ਲਾਈਟ ਜਗਾ। ਓ ਕਿਆ ਬਾਤ ਹੈ, ਹੁਣ ਤਿਆਰ ਹੋਇਆ, ਚੇਅਰ ਲੈ ਕੇ ਛੋਟੀ। ਸਜਾਵਟ ਲਈ ਤੁਸੀਂ ਸੌਂਫ ਵੀ ਲੈ ਸਕਦੇ ਹੋ, ਜਿਹੜੀ ਉਹ ਰੰਗ ਬਰੰਗੀ ਸੌਂਫ ਹੁੰਦੀ ਆ। ਓਕੇ, ਨਹੀਂ ਨਹੀਂ ਮੰਮਾ ਨੂੰ ਕਰਨ ਦੇ ਤੂੰ, ਆ ਇਸ ਬੰਦੇ ਨੂੰ ਖਾਣ ਦੀ ਥੋੜ੍ਹੀ ਜਿਹੀ ਜਲਦੀ ਆ, ਇਸ ਕਰਕੇ ਹਰ ਚੀਜ਼ 'ਚ ਕਰ ਰਿਹਾ, ਮੈਂ ਕਰਾਂਗਾ ਮੈਂ ਕਰਾਂਗਾ। ਇਹ ਬੱਚਾ ਬਹੁਤ ਸ਼ਰਾਰਤੀ ਹੈ, ਬਹੁਤ ਸ਼ਰਾਰਤੀ, ਪਰ ਸਭ ਦਾ ਹਰਮਨ ਪਿਆਰਾ ਵੀ ਹੈ। ਅੱਛਾ, ਕਿਆ ਬਾਤ ਹੈ, ਇਹ ਦੇਖੋ ਆ ਰਿਹਾ ਮੂੰਹ 'ਚ ਪਾਣੀ, ਚਲੋ ਹੁਣ ਪਲੇਟ ਹੀ ਆਓ,
ਹੁਣ ਅਸੀਂ ਇਹਨੂੰ ਕੱਟਾਂਗੇ ਹੁਣ ਅਸੀਂ ਇਹਦਾ ਟੇਸਟ ਦੇਖ ਬਸ ਕਰ ਬੇਟਾ ਦੁਬਾਰਾ ਫੇਰ ਇੱਕ ਵਾਰੀ ਕਿਆ ਬਾਤ Oh my god. Wow. देखो बहुत सॉफ्ट है क्या बात है इन बहुत जल्दी दवा दऊ मुझ पा लिया गरम गरम हूं क्यों छारा मार दिया गरम गरम मुझ पा लिया पै गए भंगड़े सबर कर सबर हजे भी ठंडा करके लो जी साडा केक तैयार है ਇਹ ਹੁਣ ਟੇਸਟ ਕਰਕੇ ਦੇਖਣਾ ਤੁਸੀਂ ਵੀ ਘਰ ਬਣਾ ਕੇ ਦੇਖਣਾ ਕਿ ਕਿੱਦਾਂ ਦਾ ਤੁਹਾਨੂੰ ਲੱਗਿਆ ਇਹ ਬਹੁਤ ਵਧੀਆ ਬਣਦਾ ਹੈ ਥੈਂਕ ਯੂ ਵੀਡੀਓ 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 ਜਦੋਂ ਅਸੀਂ ਹੁਣ ਟੇਸਟ ਕਰਨ ਲੱਗੇ ਹਾਂ ਕਿਵੇਂ ਇਹਦਾ ਬਣਿਆ ਸਾਡਾ ਕੇਕ ਦੇਖਣ 'ਚ ਤਾਂ ਬਹੁਤ ਸਵਾਦ ਸੀ ਹੁਣ ਖਾ ਕੇ ਦੇਖਦੇ ਹਾਂ ਕਿਵੇਂ ਬਣਿਆ ਬਹੁਤ ਕਿਆ ਬਾਤ ਲੋਕ ਇੰਨਾ ਇੰਨਾ ਮਹਿੰਗਾ ਬਾਹਰੋਂ ਲੈਂਦੇ ਘਰ ਹੀ ਇੰਨਾ ਵਧੀਆ ਬਣ ਗਿਆ ਤਾਂ ਮਜ਼ਾ ਆ ਗਿਆ ਆਪਾਂ ਨਵੇਂ ਨਵੇਂ ਬਲੌਗ ਬਣਾਉਣ ਲੱਗੇ ਹਾਂ ਆਪਾਂ ਨੂੰ ਤਾਂ ਕੈਮਰਾ ਵੀ ਨਹੀਂ ਫੜਨਾ ਹੁੰਦਾ ਕਿੱਦਾਂ ਪਕੜੀ ਦਾ ਲਓ ਜੀ ਪਲੇਟਾਂ ਹੁੰਝ ਵੀ ਦਿੱਤੀਆਂ ਖਾ ਕੇ ਸਰਦੀਆਂ ਝਟਾਂ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਵੀ ਕਰਨਾ ਹੋਰ ਵੀਡੀਓ ਪਾਉਣ ਲਈ ਸਤਿ ਸ਼੍ਰੀ ਅਕਾਲ